ਹਾਂਜੀ ਬੋਲੋ, ਮੈਂ ਬੋਲੋ, ਮੈਂ ਕੀ ਬੋਲਣਾ, ਫੋਨ ਤਾਂ ਤੁਸੀਂ ਕੀਤਾ ਸਵੇਰੇ ਐਕਟਿਵਾ ਦੇ ਦੋ। ਚਲੋ ਠੀਕ ਆ ਜੀ, ਓਕੇ। ਤੂੰ ਤਾਂ ਪੁੱਠੀ ਗੱਲ, ਤੂੰ ਤਾਂ ਪੁੱਠੀ ਗੱਲ ਕਰਦੀ ਆ ਅੱਗੋਂ। ਮੈਂ ਤੈਨੂੰ ਕੀ ਸਵਾਲ ਕਰਦਾ, ਤੂੰ ਐਕਟਿਵਾ ਤੇ ਤੇਰੀ ਸੂਈ ਅੜੀ ਹੋਈ ਹੈ, ਐਕਟਿਵਾ ਦੇ ਦੋ ਪਹਿਲਾਂ, ਫੇਰ ਕੰਮ ਬਣ ਕੇ ਫ੍ਰੀ ਕਰਨਾ ਤੂੰ। ਮੈਂ ਤੁਹਾਨੂੰ ਕਿਹਾ ਸੀਗਾ ਮੈਂ ਤੁਹਾਡਾ ਕੰਮ ਕਰ ਚੁੱਕੀ ਹਾਂ ਹੁਣ ਰੁਕ ਜਾਓ। ਕਿਉਂ? ਮੈਂ ਤੁਹਾਨੂੰ ਫੋਨ ਮਾਰ ਦਿੰਦੀ ਆ ਜਾਓ ਤੁਸੀਂ ਫਿਰ। ਹੁਣ ਕੀ ਹੋ ਗਿਆ, ਹੁਣ ਤੂੰ ਜਿੱਥੇ ਆ ਗਿਆ, ਹੁਣ ਦੱਸ, ਮੈਂ ਆ ਜਾਣਾ, 2 ਮਿੰਟ ਲੱਗਣੇ, ਫੜਾ ਕੇ ਤੂੰ ਵਾਪਸ ਚੜ੍ਹ ਜਾਈਂ 2 ਮਿੰਟ ਦੀ। ਨਹੀਂ ਨਹੀਂ ਮੈਂ ਫੜਾ ਦੂੰਗੀ, ਮੈਨੂੰ ਉੱਤੇ ਵਿਸ਼ਵਾਸ ਨਹੀਂ ਹੈਗਾ, ਦੱਸ ਤੁਹਾਡੇ ਕੋਲੋਂ ਕਦੇ ਭੱਜੀ ਗਿਆ ਮੈਂ? ਤੂੰ ਬੰਦ ਐਵੇਂ ਯਾਰ, ਹੋਰ ਮੈਨੂੰ ਨਾ ਸਾਰੀ ਇਹਨਾਂ ਗੱਲਾਂ 'ਚ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਹੈਗਾ, ਠੀਕ ਆ। ਮੈਂ ਵਿਸ਼ਵਾਸ ਨਾ ਵਿਸ਼ਵਾਸ ਵਾਲੀ ਗੱਲ ਨਹੀਂ ਕਰਦਾ, ਜਿਹੜਾ ਕੰਮ ਨਿਬੜ ਜਾ ਠੀਕ ਰਹਿੰਦਾ, ਜੇ ਤੁਸੀਂ ਨਿਬੇੜਦਾ ਤਾਂ ਦੱਸੋ, ਜੇ ਨਹੀਂ ਨਿਬੇੜਦਾ ਤਾਂ ਦੱਸੋ, ਮੈਂ ਨਾ ਕਹਾਂ ਤੁਹਾਨੂੰ। ਬਸ ਮੈਂ ਵਾਰ ਵਾਰ ਨਾ ਆਪਣੇ ਆਪ ਨੂੰ ਫੀਲ ਕਰਦਾ ਵੀ ਮੈਂ ਦੂਜੇ ਪਿੱਛੇ ਇੰਨੀ ਵਾਰੀ ਕਹਿ ਚੁੱਕਿਆ। ਅੱਛਾ ਜੀ, ਗੁੱਸਾ ਨਾ ਤੁਹਾਨੂੰ ਤਾਂ ਆਏ ਕਿ ਮੈਂ ਤੁਹਾਡਾ ਫੋਨ ਨਹੀਂ ਅਟੈਂਡ ਕੀਤਾ ਨਾ ਸਵੇਰੇ, ਤੁਸੀਂ ਮੈਨੂੰ ਮੈਨੂੰ ਕੋਈ ਕੋਈ ਗੁੱਸਾ ਨਹੀਂ, ਮੈਂ ਤਾਂ ਕਿਸੇ ਹੋਰ ਕੰਮ 'ਚ ਬਿਜੀ ਹੋ ਗਿਆ ਸੀ, ਕੋਈ ਡੈਥ ਹੋ ਗਈ ਸੀ, ਮੈਂ ਸੰਸਕਾਰ 'ਤੇ ਚਲਾ ਗਿਆ। ਅੱਛਾ, ਮੈਂ ਕਿਹਾ ਤੁਸੀਂ ਨਾ ਵੈਸੇ ਵੀ ਗੁੱਸਾ ਬੜੇ ਹੁੰਦੇ ਹੋ ਮੇਰੇ 'ਤੇ, ਕੱਲ੍ਹ ਵੀ ਮੇਰੀ ਆਦਤ ਹੀ ਇੱਦਾਂ ਦੀ ਹੈ ਮੈਨੂੰ ਨਾ ਝੂਠ ਤੇ ਲਿਚਕ ਡਿੱਚੀਆਂ ਇਹ ਚੰਗੀਆਂ ਨਹੀਂ ਲੱਗਦੀਆਂ। ਜਿਹੜਾ ਕੰਮ ਮੈਨੂੰ ਦੁੱਧ ਨਾ ਦਿੱਤਾ ਨੇ, ਜਿਹੜਾ ਕੰਮ ਕਰਨਾ ਅਗਲੇ ਦਾ ਕਰਕੇ ਪਰਾਂ ਕਰੋ, ਜੇ ਤੁਸੀਂ ਨਹੀਂ ਕਰ ਸਕਦੇ ਤਾਂ ਅਗਲੇ ਨੂੰ ਜਵਾਬ ਦੇ ਦਿਓ ਕਿ ਮੇਰੇ ਵੱਸ ਦੀ ਗੱਲ ਨਹੀਂ, ਕੋਈ ਹੋਰ ਦਰਵਾਜ਼ਾ ਖੜਕਾ। ਬਸ ਮੇਰੀ ਗੱਲ ਸੁਣੋ, ਜਿਹੜਾ ਮੇਰਾ ਤੁਹਾਡਾ ਪੇਂਡਿੰਗ ਕੰਮ ਆ ਓਕੇ ਰਿਪੋਰਟ ਹੈਗੀ ਆ, ਦੂਜੀ ਗੱਲ ਤੁਸੀਂ ਜਿਹੜਾ ਦੂਜਾ ਸਵਾਲ ਤੁਸੀਂ ਮੈਨੂੰ ਕੀਤਾ ਸੀਗਾ, ਠੀਕ ਆ ਨਾ? ਨਹੀਂ ਉਹ ਨੀ ਮੈਂ ਕਰਦਾ, ਉਹ ਨੀ ਮੈਂ ਕਰਦਾ, ਬਸ ਹੋਰ ਦੱਸੋ। ਮੈਂ ਨੀ ਕਰਦਾ ਸਵਾਲ ਤੁਹਾਨੂੰ ਕੋਈ ਵੀ, ਹੋਰ ਤੁਸੀਂ ਖੁਸ਼ ਰਹੋ, ਮੈਂ ਤੁਹਾਨੂੰ ਕੋਈ ਸਵਾਲ ਨਹੀਂ ਕਰਦਾ, ਆ ਜਿਹੜਾ ਕੰਮ ਮੇਰਾ ਪੈਣਾ ਹੈ ਇਹਨੂੰ ਪੂਰਾ ਕਰ ਦਿਓ ਬਸ। ਹਾਂ ਇਹਨੂੰ ਮੈਂ ਪੂਰਾ ਕਰ ਦਿੰਦੀ, ਇਹ ਤੇਰਾ ਮੇਰਾ ਵਾਅਦਾ। ਫਿਰ ਫੜਾ ਦੇ, ਫਿਰ ਹੁਣੀ ਦੱਸ ਕਿੱਥੇ ਆ? ਮੈਂ ਫੜਾ ਦੇ ਯਾਰ, ਇੰਨਾ ਕਾਲ ਹੀ ਨਾ ਚੱਲਿਆ ਕਰੋ ਤੁਸੀਂ ਯਾਰ, ਫਿਰ ਮੈਂ ਬਿਜੀ ਹੋ ਜਾਣਾ। ਮੈਂ ਮੇਰੀ ਸੁਣ ਲਾ ਗੱਲ, ਮੈਂ ਹੁਣ ਇੱਥੋਂ ਬਾਅਦ ਹੁਣ ਮੈਂ ਖੰਨੇ ਜਾਣਾ ਹੈ, ਮੈਨੂੰ ਪਤਾ ਨਹੀਂ ਉੱਥੇ 4 ਵਜੇ 5 ਵਜੇ ਨੂੰ ਕਿੰਨਾ ਟਾਈਮ ਲੱਗੇ। ਤੁਸੀਂ ਇਹ ਕਹਿੰਦੇ ਕਿ ਲੇਟ ਹੋ ਜਾ, ਫਿਰ ਕੀ ਫਾਇਦਾ? ਚੱਲ ਮੈਂ ਲੁਧਿਆਣਾ ਛੱਡ ਕੇ ਭੱਜਣ ਲੱਗੇ, ਮੈਂ ਤੁਹਾਨੂੰ ਦੱਸੋ। ਚਲੋ ਠੀਕ ਹੈ ਜੀ, ਹਾਂ ਤਾਂ ਮੇਰੇ ਓਕੇ। ਹੈਲੋ ਹੈਲੋ, ਕਿੱਥੇ ਹੋ? ਘਰ ਆਇਆ ਆਪਣੇ। ਬੜਾ ਤੁਹਾਨੂੰ ਗੁੱਸਾ ਬੜਾ ਆਉਂਦਾ ਮੇਰੇ ਤੇ, ਹੈ ਨਾ? ਮੇਰਾ ਸਿਰ ਸੂਰੀ ਪਾੜ ਹੋ, ਗਲਾ ਗੁਲਾ ਹੀ ਦਵਾ ਦਿਓ ਮੇਰਾ। ਝੂਠ ਤਾਂ ਨੀ ਬੋਲਿਆ, ਸਾਰੀ ਸੱਚਾਈ ਦੱਸੀ ਹੈ। ਤੁਸੀਂ ਕਹਿੰਦੇ ਮੈਨੂੰ ਝੂਠ ਬੋਲਣ ਵਾਲਾ ਹੀ ਹੈ ਸਰ, ਜੇ ਮੈਂ ਝੂਠ ਬੋਲਣਾ ਹੁੰਦਾ ਨਾ ਤੁਹਾਨੂੰ ਪਹਿਲੇ ਦਿਨ ਹੀ ਝੂਠ ਬੋਲ ਦੇਣਾ ਤਾਂ। ਮੈਂ ਤੇਰੀ ਗੱਲ ਨਹੀਂ, ਮੈਂ ਰਵੀਨ ਦੀ ਗੱਲ ਕਰਦਾ। ਤੇ ਤੂੰ ਚਲੋ ਘਰੋਂ ਫ੍ਰੀ ਹੋ ਕੇ ਨਿਕਲੋ, ਫਿਰ ਮੈਨੂੰ ਫੋਨ ਮਾਰ। ਜਦ ਮੈਂ ਕੰਮ
ਕਿਆ ਸੀ? ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਚਲੋ ਮੈਂ 4 ਵਜੇ ਆਉਣਾ, ਫਿਰ 4 ਵਜੇ ਦੱਸ ਦਿੰਦਾ। ਓਕੇ ਬਾਏ। ਤੁਸੀਂ ਗੱਲ ਫੋਨ ਨਹੀਂ ਕਰਦੇ ਪਏ ਹੈਗੇ ਤੁਸੀਂ ਯਾਰ, ਇੰਨਾ ਗੁੱਸੇ ਕਾਹਨੂੰ ਹੁੰਦੇ ਰਹਿੰਦੇ ਪਹਿਲਾਂ ਮੈਨੂੰ ਇਹ ਦੱਸੋ। ਮੈਂ ਤੁਹਾਨੂੰ ਕਿਹਾ ਸੀਗਾ ਤੁਹਾਨੂੰ ਪਤਾ ਮੈਂ ਪੇਮੈਂਟ ਪੂਮੈਂਟ ਦਾ ਹੀਲਾ ਕਰਦੀ ਫਿਰਦੀ ਹਾਂ ਤਾਂ ਪ੍ਰੋਬਲਮ ਆ ਰਹੀ ਆ ਤੁਸੀਂ ਕਿਹੜਾ ਸਮਝਦੇ ਹੋ ਵੀ ਬਸ ਇਕੱਲੀ ਕੁੜੀ ਆ ਨਾ ਕੋਈ ਹੈਗਾ ਅੱਗੇ ਪਿੱਛੇ ਨਾ ਬਾਸ ਸਮਝਣ ਦੀ ਪ੍ਰੋਬਲਮ ਸਮਝਣ ਦ
ਬੋਲੋ। ਬਸ ਠੀਕ ਹੈ, ਚਲੋ ਕੋਈ ਨਹੀਂ, ਗੱਲ ਕਿੱਥੇ ਹੋ? ਮੈਂ ਤਾਂ ਘਰ ਆ ਆਪਣੇ। ਆਏ ਹਾਏ, ਹੋਰ ਮੈਂ ਜਿਹੜਾ ਸੜਕ ਤੇ ਖੜਾ ਹੁੰਦਾ ਅਜੇ ਤੂੰ ਘਰੇ, ਤੂੰ ਕਹਿੰਦੀ ਮੈਂ 10 ਮਿੰਟ ਚ ਆ ਗਈ, 10 ਮਿੰਟ ਤਾਂ ਹੋ ਵੀ ਗਏ। ਪਤਾ ਐਕਚੁਅਲੀ ਯਾਰ ਮੈਂ ਹੁਣ ਕੀ ਕਰਾਂ ਯਾਰ, ਮੇਰੇ ਸਿਰ ਬੜਾ ਦਰਦ ਕਰਦਾ ਵੀ, ਮੈਂ ਕੀ ਕਰਾਂ? ਤੂੰ ਘੋੜੇ ਪੱਗ ਬੰਨਣੀ ਹੈ, ਤੂੰ ਅੱਖਾਂ ਦੇ ਪਾਣੀ ਮਾਰ ਕੇ ਇੱਧਰ ਆ ਜਾ, ਜਿਹੜੀਆਂ ਡੁਗਰੀਆਂ ਦੀਆਂ ਲਾਈਟਾਂ ਨੇ ਉੱਥੇ ਖੜਾ ਮੈਂ। ਠੀਕ ਹੈ, ਕਿੱਥੇ ਭਲਾ? ਡੁਗਰੇ ਦੀ ਲਾਈਟਾਂ ਕਿਸੇ ਨੂੰ ਪੁੱਛ ਲੂੰਗੀ, ਅੱਜ ਕੱਲ੍ਹ ਤਾਂ ਦਿਮਾਗ ਵੀ ਨਹੀਂ ਕੰਮ ਕਰਦਾ ਜਦ ਦਾ ਮੁੰਡ ਟਿਕ ਗਿਆ ਜੜ। ਤੋ ਠਰਕ ਭੋਰਨ ਦੇ ਲੱਗੀ ਹੋਈਆਂ, ਮੈਂ ਕਹਿੰਦਾ ਛੇਤੀ ਆ ਜਾ। ਉਹ ਆ ਰਹੀਆਂ ਗੁਰੂ, ਮੰਨਿਆ ਕਰ ਆ ਰਹੀਆਂ, ਹੁਣ ਰੁਕ ਜਾ, ਮੈਂ 5-7 ਮਿੰਟ ਡਿੱਗਣਾ, ਆ ਜਾ ਛੇਤੀ। ਓਕੇ, ਇਸ ਖਬਰ ਵਿੱਚ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਚੈਨਲ ਨਿਊਜ਼ ਲਾਈਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ 'ਤੇ ਪਾਉਣ ਲਈ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।